ਭੈਣਾ ਮੈਂ ਪਤਾ ਕੀ ਕਰਾਂਗੀ, ਮੈਂ ਪਿੱਛੋਂ ਦੀ ਜਾ ਕੇ ਨਾ ਭੀੜ ਦੇ ਵਿੱਚੋਂ ਦੀ ਤੇ ਉਹਦਾ ਆਉਂ ਕਰਕੇ ਕੱਪੜਾ ਛੂ ਲਵਾਂਗੀ। ਤੂੰ ਕੱਪੜਾ ਛੂ ਲਵੇਂਗੀ? ਹਾਂ ਮੈਂ ਕੱਪੜਾ ਛੂ ਲਵਾਂਗੀ। ਤੇ ਉਹਨੇ ਕਿਹਾ ਸ਼ਾ ਤੂੰ ਕੱਪੜਾ ਛੂਵੇਂਗੀ, ਨਹੀਂ ਤੂੰ ਦੁਆ ਕਰਾ ਲਈ, ਸਿਰ ਦੇ ਹੱਥ ਰਕਾ ਕੇ ਦੁਆ ਕਰਾ ਲਈ ਹੈ। ਕਈ ਐਸੇ ਵੀ ਲੋਕ ਹੁੰਦੇ ਆ ਬੇਪ੍ਰਤੀਤੇ ਲੋਕ, ਪਰ ਉਹਨੇ ਵਿਸ਼ਵਾਸ ਐਡਾ ਤਕੜਾ ਕਰ ਲਿਆ, ਮੈਂ ਯਸੂ ਦਾ ਕੱਪੜਾ ਹੀ ਛੂਵਾਂਗੀ, ਕਿਉਂਕਿ ਜਿਹੜਾ ਉਹਨੇ ਕੱਪੜਾ ਪਾਇਆ ਨਾ ਉਹ ਉਹਦੇ ਬਦਨ ਨਾਲ ਲੱਗ ਰਿਹਾ, ਉਹਦੇ ਨਾਲ ਉਹਦੇ ਹੱਥ ਲੱਗ ਰਹੇ ਆ, ਉਹਦੇ ਹੱਥ ਵੱਜ ਰਹੇ ਆ। ਤੇ ਉਹ ਕੱਪੜਾ ਜਦੋਂ ਮੈਂ ਉਹਦੇ ਕੱਪੜੇ ਨੂੰ ਹੱਥ ਲਾਵਾਂਗੀ ਤੇ ਮੈਂ ਜ਼ਰੂਰ ਚੰਗੀ ਹੋਵਾਂਗੀ। ਆਮੇਨ। ਤੈਨੂੰ ਅੱਜ ਗਵਾਹੀ ਦਿੱਤੀ ਆ ਤੇ ਤੂੰ ਕਹਿੰਦੀ ਮੈਂ ਕੱਪੜਾ ਛੂਵਾਂਗੀ। ਹਾਲੇਲੂਯਾ। ਦਸਾਂ ਦਸਾਂ ਸਾਲਾਂ ਦੇ ਵਿਸ਼ਵਾਸੀ ਨੇ ਹੁੰਦੇ ਆ ਚਰਚ ਦੇ ਵਿੱਚ, ਤੇ ਲੇਟ ਆਉਣ ਵਾਲੀ ਬਿਮਾਰੀ ਹੁੰਦੀ ਆ ਨਾ, ਤੇ ਉਹਨੇ ਕਿਹਾ ਭੈਣਾ ਤੇਰਾ ਤੇ ਵਿਸ਼ਵਾਸ ਹੀ ਮੇਰੇ ਨਾਲ ਤਗੜਾ ਹੋ ਗਿਆ, ਤੇਰਾ ਤੇ ਸੰਪਰਕ ਹੀ ਬੜਾ ਤਗੜਾ ਹੋ ਗਿਆ। ਠੀਕ ਆ, ਉਹਨੇ ਕਿਹਾ ਮੈਂ ਜਾਵਾਂ। ਉਹ ਅਗਲੇ ਦਿਨ ਤਿਆਰੀ ਕੀਤੀ, ਕਹਿੰਦੇ ਯਸੂ ਨੇ ਕਿਹਦੀ ਲੰਘਣਾ, ਉਸ ਡਾਕਟਰ ਨੇ ਕਿਹਦੀ ਲੰਘਣਾ, ਉਸ ਹਕੀਮ ਨੇ ਕਿਹਦੀ ਲੰਘਣਾ, ਜਿਹੜਾ ਦਵਾਈ ਨੀ ਦਿੰਦਾ, ਜਿਹੜਾ ਪੁੜੀਆਂ ਨੀ ਦਿੰਦਾ, ਜਿਹੜਾ ਕੈਪਸੂਲ ਨੀ ਦਿੰਦਾ, ਉਹ ਤਾਂ ਛੂਹ ਨਾਲ ਹੀ ਸ਼ਿਫਾ ਮਿਲ ਜਾਂਦੀ ਆ। ਜਦੋਂ ਉਹਨੇ ਸੰਪਰਕ ਬਣਾਇਆ ਤੇ ਅਗਲੇ ਦਿਨ ਮਨੇਰੇ ਉੱਠੀ ਤੇ ਪੁੱਛ ਗਿੱਛ ਕੀਤੀ ਕਿਹਦੀ ਲੰਘਣਾ, ਉਹਨੇ ਕਿਹਾ ਬੀਰਬਾਲ ਵਾਲੀ ਸੜਕ ਥਾਣੀ। ਆਮੀਨ। ਹਾਲੇਲੂਯਾ। ਅੰਮ੍ਰਿਤਸਰ ਰੋਡ ਥਾਣੀ। ਠੀਕ ਹੈ ਜੀ, ਮੈਂ ਫਿਰ ਸੁਰੰਗ ਤੇ ਉੱਠਾਂ। ਸਵੇਰੇ ਉੱਠੀ ਕਿੰਨੇ ਵਜੇ, ਜਦੋਂ ਸੂਰਜ ਨੂੰ ਅੱਗ ਲੱਗੀ, ਕਈ ਉਦੋਂ ਉੱਠਦਾ ਕੋਈ ਦੁਆ ਨੀ, ਕੋਈ ਪ੍ਰਾਰਥਨਾ ਨੀ, ਉਦੋਂ ਉੱਠਦੇ ਚਾਹ ਪੀ ਲਓ, ਉੱਥੋਂ ਚਾਹ ਬਣ ਗਈ, ਚਾਹ ਦਾ ਸਟਾਰਟ ਹੁੰਦੇ, ਪਰ ਉਹ ਚਾਹ ਨਾਲ ਹੀ ਸਟਾਰਟ ਹੋਈ, ਉਹ ਖੁਦਾ ਦੀ ਸ਼ਕਤੀ ਨਾਲ ਸਟਾਰਟ ਹੋਈ, ਖੁਦਾ ਦੇ ਵਚਨ ਨਾਲ ਸਟਾਰਟ ਹੋਈ। ਸਵਖਤੇ ਉੱਠੀ, ਤਿਆਰੀ ਕੀਤੀ ਤੇ ਜਾ ਕੇ ਉੱਥੇ ਖੜੀ ਹੋ ਗਈ ਜਿੱਥੋਂ ਦੀ ਯਸੂ ਨੇ ਲੰਘਣਾ ਸੀ। ਜਦੋਂ ਵੇਖਿਆ ਉੱਥੇ ਨਾਰੇ ਲੱਗਦੇ ਆਉਣ ਡਿਆ, ਉੱਥੇ ਆਮੀਨ ਦੇ ਨਾਰੇ ਲੱਗਦੇ ਆਉਣ ਡਿਆ, ਭੀੜ ਦੇ ਨਾਲ ਯਸੂ ਮਸੀਹ ਆ ਰਿਹਾ। ਜਦੋਂ ਹੀ ਆ ਰਿਹਾ ਉਹਨੇ ਕਿਹਾ ਇੰਨੀ ਭੀੜ ਦੇ ਵਿੱਚੋਂ ਦੀ ਕਿਤਨਾ ਛੂਹਾਂ, ਮੈਂ ਉਹਨੇ ਕਿਹਾ ਮੈਂ ਛੂ ਕੇ ਛੱਡਾਂਗਾ। ਹਾਲੇਲੂਯਾ। ਤੇ ਉਹਨੇ ਆ ਵੇਖਿਆ ਹੁਣ ਲੰਘ ਰਿਹਾ ਯਸੂ, ਤੇ ਉਹਨੇ ਭੀੜ ਦੇ ਵਿੱਚੋਂ ਦੀ ਲੰਘਣਾ ਸ਼ੁਰੂ ਕੀਤਾ, ਧੜਕਣ ਵੱਧ ਗਈ, ਸਾਹ ਲੈ ਲਿਆ ਹੈ ਨਾ, ਕੰਬਣੀਆਂ ਨੇ ਡਿੱਗਣਾ ਸ਼ੁਰੂ ਹੋ ਗਿਆ, ਸਾਹ ਲੈ ਲਿਆ, ਫਿਰ ਉੱਠੀ। ਆਮੀਨ। ਫਿਰ ਉੱਠੀ ਤੇ ਉੱਠ ਕੇ ਫਿਰ ਤੁਰਨਾ ਸ਼ੁਰੂ ਕੀਤਾ, ਹੱਥ ਕੰਬ ਰਿਹਾ, ਹੱਥ ਕੰਬ ਰਿਹਾ ਵਾ, ਪਰ ਪੈਰ ਅੱਗੇ ਨੂੰ ਵੱਧ ਰਿਹਾ ਆ, ਸੰਭਲ ਕੇ ਅੱਗੇ ਨੂੰ ਵੱਧ ਰਿਹਾ ਆ, ਕਦਮ ਅੱਗੇ ਨੂੰ ਵੱਧ ਰਹੇ ਆ, ਹੱਥ ਅੱਗੇ ਨੂੰ ਵੱਧ ਰਿਹਾ। ਖੁਦਾ ਦਾ ਨਾਮ ਮਹਿਮਾ ਪਾਵੇ, ਪਰ ਇਹਦੇ ਕਦਮ ਕਿੱਧਰ ਨੂੰ ਜਾ ਰਹੇ ਆ? ਅੱਗੇ ਨੂੰ। ਸਾਡੇ ਘੋਗੇ ਵਿੱਚ ਭਾਈਆਂ ਨੇ ਗੀਤ ਗਾਇਆ ਸੀ, ਬੜਾ ਵਧੀਆ ਗੀਤ ਗਾ ਕੇ ਸੀ, ਹਨਾ ਵੀ ਉਹਦੇ ਉੱਤੇ ਅਸੀਂ ਕਿਹਾ ਪ੍ਰਕਾਸ਼ ਦੀ ਪੋਥੀ ਉੱਤੇ ਬਹੁਤ ਵਧੀਆ ਗੀਤ, ਸੀਲ ਗਰਮ ਨਾ ਹੋ ਲਾੜੀਏ, ਬਹੁਤ ਵਧੀਆ। ਪਰ ਅੱਜ ਯਸੂ ਮਸੀਹ ਨੂੰ ਵੇਖ ਕੇ ਲੋਕ ਅੱਗੇ ਨੂੰ ਨਹੀਂ ਵੱਧਦੇ, ਕਹਿੰਦੇ ਪਿੱਛੇ ਨੂੰ ਵੱਧ ਜਾਂਦੇ ਆ, ਵੱਧਣਾ ਹੀ ਆ, ਬੈਕ ਸਾਈਡ ਨੂੰ ਵੱਧ ਜਾਂਦੇ ਆ, ਬੈਕ ਨੂੰ ਵੱਧ ਜਾਂਦੇ ਆ। ਪਰ ਇਸ ਔਰਤ ਨੇ ਬੈਕ ਦਾ ਸੰਪਰਕ ਨਹੀਂ ਬਣਾਇਆ, ਇਹਨੇ ਅੱਗੇ ਵੱਧਣ ਦਾ ਸੰਪਰਕ ਬਣਾਇਆ, ਵਫਾਦਾਰੀ ਵੱਧਦਾ ਜਾ ਰਿਹਾ। ਜਦੋਂ ਹੀ ਪਹੁੰਚ ਗਈ
ਉਸਨੇ ਪਿੱਛੋਂ ਦੀ ਆ ਕੇ ਯਿਸੂ ਮਸੀਹ ਦੇ ਪੱਲੇ ਨੂੰ ਹੱਥ ਲਾ ਲਿਆ। ਦੁਬਾਰਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਇਕਰਾਰ ਕਰੋ।
खाता खुलाओ, क्योंकि खाता खुलाओगे और जान बढ़ाओगे ते फिर ही संपर्क तुसी बना के रखोगे, ते फिर ही हर तरह की बीमारी हर तरह का रोग तुम्हारे घर के विच शरीर में लगेगा नहीं, फिर तुसी चर्च में भी टाइम नहीं आना। हालेलुया। फिर तुसी तुहाडे अंदर एक चीज है, कुतकतारी निकलती रहनी, कुतकतारी नाल तेज चलती रहनी है, और टाइम बड़ा हो गया, टाइम बड़ा हो गया, टाइम बड़ा हो गया। हालेलुया। क्योंकि अंदर कौन बोलन दिया है, और संपर्क बोलन दिया है। आमीन। इस औरत ने जब संपर्क बनाया तो उधर तो की होगी, आमीन। प्रभु ने की आख्या से तो भला खुदा दा नाम महिमा पावे। हाँ भाई जी, की आती है यीशु मसीह जो मिल पिया तो चंगी होगी, तो की आती है यीशु आख्या, हे बेटी तेरी नेचर ने तेरे चंगा कीता, सलामत चली जा, फिर अपनी बला तो बची रहो। बला तो बची रहो, क्या आख्या, कितना बची रहे बला तो बचने वास्ते की कर रहा है, उन्हें क्या हूं बला तो बची रहो, हूं संपर्क जरा वा ना टूटे ना वचन, हूं वचन की वाड़ ला के रखी अपने द्वारे, आज्ञाकारी नाल चली वचन द्वारे, संदेश तू मनदी रही सही दस नाल। हे बेटी तू सलामती ना जा, ते अपनी बला तो बची रह, बची रह, अपनी बला तो बची रहो। वो बला की सी जेड़ी ओदे विचो निकल गई सी, तो ओदे तो बचा कितना होना सी, भी लगातार लगातार प्रभु यीशु ना बना के संपर्क रखना पैना। जदों यीशु मसीह ना संपर्क बन जाता ना, ते फिर अज वेखो जो कितने नाका लगा हो चौक दे विच ताके बड़े लगते है ना, उत्थे वेखो कई चोर ठग भी बैठे होंगे है, हाँ पैसे दे लोटू वो भी बैठे होंगे है, ठीक है, टिक के लेते हैं सीटी मार देंगे, रुक जा है ना, जो रोक लेंगे कहते आस ही है गली लसेंस तो पढ़ पढ़ाया ही नहीं का, अच्छा तो फिर तो चलान कटना पैना, नहीं नहीं चलान ना कटे हो, मेरे को नंबर आ, मेरे को नंबर एक बंदे का हैगा है, तो वह बंदा आ बड़ा हाई फाई आ, छो बंदे मेरे यीशु मसीह ने आख्या तू अपने बला तो बची रहो, हूं बला तो किवें बची रहेगी, संपर्क यीशु मसीह दे नाल, महान प्रभु ने प्रभु दा नंबर लेना पैना है, उस नंबर नूं नोट करना पैना है, जदों ही उह नंबर नोट कीता होएगा जरा कि शैतान ने आया रात नूं, हालेलुया आया रात दे समय, क्योंकि रात नूं हुंदा ना ज्यादा कदों हुंदा पर रातां नूं हुंदा, ते सुते ते दरवाजा खड़क गया, जिहड़ा ते हैगा सी जिहदे कोल नंबर सी उस राजे दा, यीशु मसीह दा, उहने ते लाया उत्तो अपने कपड़ा ते वेखिआ आले दुआले कौण है, ते कई ट्रोकल हुंदे कहिंदे बुआ खड़के उत्ते लोक उठ के ना सगल कोल ना, कई घुट के वल लैंदे आ जाई कहिंदे वल लो किते फड़िआ ना जावा, ते चोर फड़े जांदे आ, चोर फड़े जाते क्यों, क्योंकि उन्हें क्यों घुट के लीड़ा लिया, इसलिए उसका नंबर नहीं है, संपर्क है।